ਮੈਂ ਗਰਮੀ ਬੜੀ ਪੈਣ ਡਈ ਯਾਰ, ਤੇ ਮਿਸਤਰੀ ਵੀ ਕੋਈ ਨੀ ਮਿਲਣ ਡਿਆ, ਤੇ ਆਪਣਾ ਕੰਮ ਯਾਰ ਇੱਕ ਦੋ ਰੁਕੇ ਆਪਣੇ ਇੱਥੇ। ਮੈਂ ਵਾਰ ਵਾਰ ਕੈਰੀ ਬਣ ਜਾਏ ਚਲੋ, ਤੇ ਜੇ ਆਪਣਾ ਗਮਲੇ ਰੱਖਣੇ ਹੋਏ ਤੇ ਗਮਲੇ ਰੱਖ ਲਾਂਗੇ, ਜੇ ਕੈਰੀ ਬਣਾਉਣ ਦੀ ਸਲਾਹ ਬਣੀ ਤੇ ਕੈਰੀ ਸਲਾਹ ਕਰਕੇ ਵੇਖ ਲੈਂਦੇ ਹਾਂ। ਤੇ ਆਹ ਬੂਟਾ ਤਾਂ ਵੈਸੇ ਲੱਗ ਗਿਆ, ਚਲੋ ਕੈਰੀ 'ਚ ਹੀ ਆ ਜਾਣਾ ਆਪਾਂ, ਤੇ ਇੱਥੇ ਆਪਣੇ ਹੋਰ ਵੀ ਲਾ ਦਾਂਗੇ ਨਾਲ। ਮੈਂ ਯਾਰ ਸੋਚਣ ਡਿਆ, ਗਰਮੀ ਬੜੀ ਪੈ ਜਾਂਦੀ ਹੈ, ਜਿਹੜੀ ਮਿਸਤਰੀ ਆ ਇੱਕ ਦੋ ਦਿਹਾੜੇ ਦਾ ਕੰਮ ਕੋਈ ਫੜਨ ਹੀ ਨਹੀਂ ਡਿਆ, ਤਿੰਨ ਚਾਰ ਮਿਸਤਰੀਆਂ ਨੂੰ ਕਿਹਾ ਵਾ ਤੇ ਕੋਈ ਕਹਿੰਦਾ, ਮੈਂ ਕਿਹਾ ਟਾਈਮ ਹੈ ਹੀ ਨਹੀਂ, ਟਾਈਮ ਹੀ ਨਹੀਂ ਹੈਗਾ ਜੀ, ਟਾਈਮ ਹੀ ਨਹੀਂ ਹੈਗਾ। ਬਹਾਨੇਬਾਜ਼ੀਆਂ ਵੀ ਇੱਕ ਦੋ ਮਤਲਬ ਦਿਹਾੜੀਆਂ ਦਾ ਕੰਮ ਕਰਦੇ ਨਹੀਂ ਮਿਸਤਰੀ, ਕੀ ਪਤਾ ਮਰਜ਼ੀ ਆ ਭਰਾ ਅਗਲਿਆਂ ਦੀ, ਕਹਿ ਕੀ ਸਕਦੇ ਹੁਣ, ਹੈ ਨਾ। ਅਤੇ ਥੋੜ੍ਹਾ ਜਿਹਾ ਕੰਮ ਕੋਠੇ ਦਾ ਵੀ ਰੁਕਿਆ ਵਾ, ਅਤੇ ਉਹ ਵੀ ਤੁਹਾਨੂੰ ਦਿਖਾਉਂਦਾ ਵੀ ਉਹ ਜਿਹੜਾ ਅਸੀਂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਦਾ ਦਰਸ਼ਨ ਆਪਾਂ ਕਰ ਲਏ ਮਹਾਰਾਜ ਦੇ, ਅਤੇ ਜੋਤ ਵੀ ਕਰਤੀ ਹੈ ਮਹਾਰਾਜ ਦੀ ਕਿਰਪਾ ਨਾਲ। ਅਤੇ ਅੱਜ ਆਪਣਾ ਮੈਂ ਸੋਚਣ ਡਿਆ ਵੀ ਏ ਸੀ ਫਿੱਟ ਕਰੀਏ ਯਾਰ, ਏ ਸੀ ਸੀਰਦਾ ਹੀ ਪਿਆ ਵਾ, ਚਲੋ ਫਿੱਟ ਕਰ ਦਿੰਦੇ, ਚੱਲਣਾ ਤਾਂ ਹਜੇ ਹੈ ਨਹੀਂ, ਫਿੱਟ ਫੁੱਟ ਕਰਕੇ ਰੱਖ ਦਿੰਦੇ, ਇੱਦਾਂ ਪਿਆ ਖਰਾਬ ਜਿਹਾ ਹੋਣ ਡਿਆ। ਵੇਖਦੇ ਹਾਂ ਕੀ ਮਾਹੌਲ ਚਾਲ, ਪਹਿਲਾਂ ਰੋਟੀ ਪਾਣੀ ਖਾ ਲਈਏ ਫਿਰ ਕਰਦੇ ਹਾਂ ਸਿਸਟਮ। ਗੁਰਬਾਜ ਸਾਹਿਬ ਲੱਗੇ ਪੰਗੇ ਲੈਣ ਅਤੇ ਆਪਣੇ ਇਹ ਕੀ ਹੋਣ ਡਿਆ ਓਏ, ਜੇ ਸੀ ਵੀ ਕੰਧ ਚੜ੍ਹਾਉਂਦੇ ਕੰਢ 'ਤੇ ਦੱਸਦਾ ਗੁਰਬਾਜ ਉੱਪਰ ਚੱਲ ਜਾਂਦੀ ਆ। ਅੱਛਾ ਮੈਂ ਸੁੱਖਣਾ ਗਾਰਡ ਪਾ ਲਈਏ, ਅਤੇ ਕੱਲ੍ਹ ਦੀ ਆਪਣੀ ਡਿਸਪਲੇ ਪਈ ਨਾ ਗੁਰਬਾਜ, ਫਿਰ ਕੇਵਲੇ ਹੱਥੋਂ ਸੁੱਟਦੇ ਫੋਨ 'ਤੇ ਔਖਾ ਨਾ ਹੋਵੇ। ਚਲੋ ਗਾਰਡ ਪਿਆ ਤਾਂ ਵੱਧ ਰਹਿੰਦਾ, ਗਾਰਡ ਲਿਆਂਦਾ ਸੀ ਨਾਲ ਇੱਕ ਵੱਖਰਾ, ਉਹ ਪਾ ਦਿੰਦੇ ਹਾਂ, ਚਲੋ ਵਧੀਆ ਜੀ ਵਾ। ਕੱਲ੍ਹ ਦੀਆਂ ਰੁਪਟਾਂ ਜਿਹੀਆਂ ਚੜ੍ਹਾਈਆਂ ਵੀਰ ਹੋਣਾਂ ਨੇ, ਅੱਜ ਰੁਪਟਾਂ ਹੁੰਦਾ ਲਾ ਕੇ ਨਾ ਗਾਰਡ ਚੜ੍ਹਾ ਦਿੰਦੇ ਹਾਂ, ਅਤੇ ਫਸਟ ਕਲਾਸ ਹੋ ਜੂ ਫੋਨ, ਚਲੋ ਹੋਰ ਵਧੀਆ ਗੱਲ ਆ। ਪਿੱਛੇ ਹੋ ਸਾਰਾ ਵਧੀਆ ਹੋ ਗਿਆ ਸਿਸਟਮ, ਸਿਸਟਮ ਵਧੀਆ ਚੱਲਣ ਲੱਗ ਪਿਆ ਸਭ ਕੁਝ। ਗੁਰਬਾਜ ਸਾਹਿਬ ਨਾ ਕਰੋ,
ਹਾਰ ਕੇ ਮੈਂ ਮਿੱਤਰੀ ਸਾਹਿਬ ਵਾਲਾ ਕੰਮ ਕੀਤਾ। ਹਾਰ ਕੇ ਫਿਰ ਮੈਂ ਮਿੱਤਰੀਆਂ ਦਾ ਸਮਾਨ ਫਿਰ ਆਪ ਹੀ ਲਿਆਂਦਾ ਮਿੱਤਰੀ ਸਾਹਿਬ ਵਾਲਾ। ਆਹੋ ਗਰਮਾਲੀ ਲਿਆਂਦੀ ਛੋਟੀ ਜੀ, ਅਤੇ ਨਾਲ ਆਪਣਾ ਕਾਂਡੀ ਲਿਆਂਦੀ। ਮਾਂ ਵੀ ਥੋੜ੍ਹਾ ਮੋਟਾ ਫਿਰ ਕੰਮ ਕਰ ਲੈਂਦੇ ਹਾਂ। ਤੁਹਾਨੂੰ ਉਹਨਾਂ ਮੈਂ ਉੱਪਰ ਗਿਆ ਜਿਹੜਾ ਕੰਮ ਰੁਕਿਆ ਵਾ ਉਹੀ ਹੋਣਾ ਕਰਨਾ। ਕੋਠੇ 'ਤੇ ਮੈਂ ਨਾ ਕਾਫੀ ਦਿਨ ਦਾ ਹੋ ਗਿਆ ਮਿੱਤਰੀ ਸਾਹਿਬ ਨੂੰ, ਮੈਂ ਤਰਲੇ ਕੱਢਣੇ ਆ ਵੀ ਮਿੱਤਰੀ ਸਾਹਿਬ ਆਜੋ ਆਜੋ ਆਜੋ। ਦੋ ਤਿੰਨ ਜਣਿਆਂ ਨੂੰ ਆਪਾਂ ਕਿਹਾ ਵਾ, ਲੇਕਿਨ ਆਉਂਦਾ ਹੀ ਕੋਈ ਨਹੀਂ। ਇੱਕ ਦੋ ਦਿਹਾੜੀ ਆਉਂਦਾ ਯਾਰ ਕੰਮ ਕਰਨ ਵਾਸਤੇ ਮਿੱਤਰੀ। ਆਹੋ ਯਾਰ ਆ ਸਾਰਾ ਕੰਮ ਰੁਕਿਆ ਵਾ। ਟੀਨ ਵੀ ਕਟਾ ਕਟੂ ਦਿੱਤੀ ਅਗਲੇ ਬੰਨੇ, ਜਿਹੜੀ ਵਧਾਇਆ ਪਿਆ ਸੀ ਉਹ ਵੀ ਕਟਾ ਕਟੂ ਦਿੱਤੀ ਆ। ਅਤੇ ਕਹਿੰਦੇ ਆ ਵੀ ਇਹਨੂੰ ਮਤਲਬ ਬਾਰੋ ਬਾਰ ਪਲਸਤਰ ਕਰਕੇ ਨਾ ਇਹਦੇ ਉੱਪਰ ਦੋ ਦੋ ਇੰਚੀ ਮਾਲ ਚੜਾ ਦੇਣਾ ਵਾ, ਉੱਦਾਂ ਫਿਰ ਤੁਹਾਨੂੰ ਪਤਾ ਖਲੇਰਾ ਬੜਾ ਪੈ ਜਾਣਾ ਸੀ। ਮੈਂ ਕਿਹਾ ਅਤੇ ਮਿਸਤਰੀ ਸਾਹਿਬ ਦੀ ਸਲਾਹ ਲਈ ਆ, ਉਹ ਕਹਿੰਦੇ ਵੀ ਉੱਤੇ ਮਾਲ ਪਾ ਲਓ, ਉੱਦਾਂ ਪਲੇਟਾਂ ਪਲੂਟਾਂ ਦਾ ਬਹੁਤ ਖਲੇਰਾ ਪੈ ਜਾਣਾ। ਇਸ ਕਰਕੇ ਮੈਂ ਕਿਹਾ ਚੱਲ ਇਹਨੂੰ ਅੱਗੋ ਅੱਗੇ ਕਟਾ ਕੇ ਨਾ ਆ ਸਾਰੀ ਪਲੇਨ ਕਰ ਦਿੰਦੇ, ਉੱਤੇ ਪਲਸਤਰ ਮਾਰ ਕੇ ਨਾ ਚੰਗੀ ਤਰ੍ਹਾਂ, ਅਤੇ ਉੱਪਰਲੀ ਸਾਈਡ 'ਤੇ ਦੋ ਦੋ ਇੰਚੀ ਮਾਲ ਮਤਲਬ ਲੈਂਟਰ ਦਾ ਲੈਂਟਰ ਹੋ ਜੂਗਾ, ਨਾਲ ਪਰਨਾਲਾ ਰੱਖ ਦਾਂਗੇ ਇੱਕ ਬਾਹਰ ਨੂੰ ਇੱਥੇ, ਤਾਂ ਕਰਕੇ ਹਾਂ ਉੱਥੇ ਕੋਠੇ ਵਾਹਵਾ ਆਪਣੇ ਇੱਟ ਪਈ ਆ ਅਤੇ ਸੁੱਖਣਾ ਤਾਂ ਮੈਂ ਕਿਹਾ ਚੱਲ ਯਾਰ ਕੈਰੀ ਬਣਾ ਲਈਏ। ਇੱਧਰੋਂ ਨਹੀਂ ਮਤਲਬ ਮੁਕਾਈ ਜਾਂਦਾ ਅਤੇ ਫਰੀ ਥੱਲੇ ਲਾਈ ਹੋਊਗੀ। ਆਹੋ ਜਗਾੜ ਲਾਇਆ ਵਾ ਬੋਰੇ ਥਾਣੀ ਇੱਟਾਂ ਹੈਗੀਆਂ ਨਾ, ਤੁਹਾਨੂੰ ਪਤਾ ਫਿਰ ਪੰਜਾਬੀ ਬੰਦੇ ਜਗਾੜੀ ਦੇ ਹੁੰਦੇ ਆ। ਮੈਂ ਬੋਰੇ 'ਚ ਪਾ ਪਾ ਇੱਟਾਂ ਨਹੀਂ ਥੱਲੇ ਮੁਕਾਈ ਜਾਣੀਆਂ, ਫਰੀ ਦੇ ਥੱਲੇ ਲਾਈ ਜਾਣੀਆਂ, ਵਧੀਆ ਹੋਊ ਕੰਮ। ਉੱਦਾਂ ਚੁੱਕ ਚੁੱਕ ਕੇ ਥੱਲੇ ਲੈ ਕੇ ਜਾਣੀਆਂ ਬਣੀਆਂ ਔਖਾ। ਲਓ ਜੀ ਆਪਾਂ ਮੈਤਰੀ ਬਣ ਲੱਗੇ ਅੱਜ, ਅਤੇ ਉਹਦੀ ਮੈਂ ਬਣਾਉਣ ਲੱਗਿਆ ਕੈਰੀ 'ਚ ਇੱਟਾਂ ਥੋੜ੍ਹੀਆਂ ਥੋੜ੍ਹੀ ਲਮਕਾਤੀਆਂ, ਪ੍ਰੀਤ ਤੋਂ ਫੜੀ ਗਈ ਅਤੇ ਥੋੜ੍ਹੀਆਂ ਬਹੁਤ ਇੱਟਾਂ ਰੱਖ ਲਈਆਂ ਥੱਲੇ, ਅਤੇ ਪਹਿਲਾਂ ਪਾ ਲਈ ਆਪਾਂ ਪਾ ਹਾਂ ਰੇਤ ਅੱਜ ਤੂੰ ਪਾ। ਪ੍ਰੀਤ ਨੂੰ ਮੈਂ ਕਹਿਣਾ ਮੈਂ ਤੂੰ ਪਾ, ਮੈਂ ਚੁੱਕ ਕੇ ਰੱਖ ਦਿੰਦਾ ਰੇਤ, ਅਜੇ ਕੋਈ ਮਿਹਨਤ ਕਰਾਈਏ ਥੋੜ੍ਹੀ ਜਿਹੀ। ਭਰ ਬਾਲਟੇ ਅੱਜ ਜੀਰਾ ਮਿਕਸੀ 'ਚ ਪਾ ਦੇ ਦੋਵੇਂ, ਇੱਥੋਂ ਮਾਰੀ ਆ ਟੱਪ, ਇੱਥੋਂ ਮਾਰੀ ਆ ਟੱਪ। ਚੱਲ ਠੀਕ ਆ ਆ ਪਾ ਦੇ, ਇਹ ਪਾ ਦੇ ਪਾ ਦੇ ਪਾ ਦੇ। ਹਾਂ ਰੇ ਵੀ ਆ, ਨਹੀਂ 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 ਪਾ ਦੇ ਪਾ ਦੇ, ਹਜੇ ਤਾਂ ਕੱਖ ਵੀ ਨਹੀਂ ਪਿਆ ਦੇ, ਭਰਨਾ ਹੁੰਦਾ ਬਾਲਟਾ ਪੂਰਾ। ਹੋਰ ਪਾ ਦੇ, ਕੋਈ ਨਹੀਂ ਪਾ ਦੇ ਪਾ ਦੇ, ਥੋੜ੍ਹੀ ਕੁਛ ਨਹੀਂ ਹੁੰਦਾ। ਸ਼ਾਬਾਸ਼ ਬੱਚੇ ਹੋ ਸ਼ਾਬਾਸ਼, ਇੱਕ ਹੋਰ ਪਾਓ ਟੱਪ, ਭਰ ਦਿਓ ਉੱਤੇ ਹੋਰ ਪਾਓ ਥੋੜ੍ਹੀ ਜੀ ਝੋਲਾ, ਠੀਕ ਆ ਉਹ ਭਰ ਦਿਓ ਥੋੜ੍ਹਾ ਜਿਹਾ ਆਪਾਂ। ਚਲੋ ਚੱਕੋ ਚੱਕੋ ਚੱਕ ਹੀ ਲਿਆ, ਉਹ ਵੀ ਚੱਕੋ ਨਹੀਂ ਲੱਗਦਾ। ਹਾਂਜੀ ਟੈਲਾਂ ਖਰਾਬ ਨਹੀਂ ਹੋਣਗੀਆਂ ਤਾਂ ਨੀਚੇ ਧੋਵਾਂਗੇ ਬਾਅਦ
ਮਾੜਾ ਮੋਟਾ ਧੋ ਦਾਂਗੇ ਹਨਾ, ਨਾਲੇ ਪਾਣੀ ਫੇਰ ਦਾਂਗੇ। ਤੁਸੀਂ ਹੱਲੇ ਨੀ ਕਰਨਾ, ਬਾਅਦ ਚੋ ਤੁਹਾਨੂੰ ਵੀ ਦਿੰਦੇ ਕੰਮ, ਬਾਅਦ ਚੋ ਕਰਿਓ ਤੁਸੀਂ। ਉਹ ਤਾਂ ਪਿੱਛੇ ਹੋਇਆ, ਕਈ ਵਜ ਜਾਣੀ ਕੰਮ ਕਰਦਾ ਪਿਆ, ਪਾਣੀ ਪਾ ਰਿਹਾ, ਕਹਿੰਦਾ ਅੱਜ ਮੈਂ ਮਿਸਤਰੀ ਬਣਿਆ ਆ। ਹੈ ਦੇਖਿਓ ਜ਼ਿਆਦਾ ਨਾ ਪਾ ਦੇ, ਦੱਸ ਦਿਓ ਹੁਣ ਮਿਸਤਰੀਆਂ ਨੂੰ, ਰਹਿ ਰਹਿ ਕੇ ਤੁਸੀਂ ਮਿਸਤਰੀਆਂ ਦੇ ਕੰਮ ਸਿੱਖ ਹੀ ਲਏ ਹਨਾ ਕਿ ਨਹੀਂ? ਕਿੰਨੇ ਕੁ ਕਿੰਨਾ ਕੁ ਸਿੱਖ ਲਿਆ ਕੰਮ? ਫਿਰ ਦਿਹਾੜੀਆਂ ਲਾ ਚੱਲ ਜਾ ਕਰੋ। ਚੌਂਕੜੀ ਵੇ ਮਾਰੀ, ਚੌਂਕੜੀ ਕਿੱਦਾਂ ਮਾਰੀ ਆ? ਲਓ ਜੀ ਹੋ ਚੱਲਿਆ ਮੈਂ ਪਾਸ, ਦੋ ਤਿੰਨ ਵਾਰ ਲਾ ਤੇ ਆ ਤੇ ਬਾਈ ਤੁਹਾਡੇ ਨਾਲ ਮਿਹਨਤ ਪੂਰੀ ਕਰਨ ਡੇ। ਸਹੀ ਆ, ਠੀਕ ਹੈ, ਬਾਕੀ ਥੋੜ੍ਹੀ ਬਹੁਤੀ ਜਿਹੜੀ ਹੋ ਜਾਂਦਾ ਉਹ ਪਲਸਤਰ 'ਚ ਹੋ ਜਾਂਦਾ ਹੈ ਨਾ। ਇੰਨੇ ਕੁ ਕੰਮ ਲਈ ਨਹੀਂ ਨਾ ਕੋਈ ਆ ਰਿਹਾ, ਉਹੀ ਇੰਨਾ ਫਿਰ ਆਪ ਹੀ ਕਰਨਾ ਪੈਣਾ। ਰੋਜ਼ ਹੀ ਲਾਰਾ ਲਾ ਦਿੰਦੇ, ਅੱਜ ਆਵਾਂਗੇ ਕੱਲ੍ਹ ਆ ਜਾਵਾਂਗੇ, ਦਿਹਾੜੀ ਲਾ ਕੇ ਫਿਰ ਆ ਜਾਵਾਂਗੇ, ਸ਼ਾਮ ਨੂੰ ਆ ਜਾਵਾਂਗੇ, 5 ਵਜੇ ਆ ਜਾਵਾਂਗੇ, ਹੈ ਨਾ। ਕਿੰਨੇ ਦਿਨ ਹੋ ਗਏ ਆ। ਬਹੁਤ ਆ ਵੈ, 3-3 ਵਾਰ ਕਿ ਹੋਰ ਕਰੀਏ, ਹੋਰ ਕਰੀਏ ਕਿ ਬਹੁਤ ਆ, ਇੱਕ ਵਾਰ ਹੋਰ ਕਰੀਏ। ਵੇਖ ਲਓ ਆਪਣੀ ਮਰਜ਼ੀ, ਵੇਖ ਲਓ, ਪੁੱਛ ਲਓ ਕਿਸੇ ਨੂੰ, ਮੈਨੂੰ ਤਾਂ ਪਤਾ ਕੋਈ ਨਹੀਂ, ਮੈਨੂੰ ਤਾਂ ਪਤਾ ਕੋਈ ਨਹੀਂ, ਤੁਸੀਂ ਪੁੱਛ ਲਓ ਕਿਸੇ ਨੂੰ। ਇੱਕ ਵਾਰ ਮੈਨੂੰ ਇੱਥੇ ਆ ਜਾਂਦਾ ਆ ਚੀਜ਼, ਠੀਕ ਸੋਹਣੀ ਲੱਗੂਗੀ ਦੇਖ, ਮੈਨੂੰ ਨਹੀਂ ਪਤਾ ਨਹੀਂ, ਠੀਕ ਆ ਨਾ।
ਲਓ ਜੀ ਬਾਬਾ ਜੀ ਕਿਰਪਾ ਨਾਲ ਕਿਆਰੀ ਜਿਹੜੀ ਵਲਦੀ ਆ ਵੇਖੋ ਜੀ। ਅਤੇ ਆਹ ਥੋੜ੍ਹਾ ਜਿਹਾ ਰਹਿ ਗਿਆ ਟੋਟਾ ਜਿਹਾ, ਅਤੇ ਆਹ ਵੀ ਹੁਣ ਵਲ ਜਾਣਾ ਹੋਣੇ, ਥੋੜ੍ਹਾ ਜਿਹਾ ਰਹਿ ਗਿਆ ਕੰਮ ਬਸ, ਅਤੇ ਬਾਕੀ ਓਕੇ ਹੋ ਗਿਆ ਸਾਰਾ। ਕਹਿੰਦੇ ਨਾ ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ ਸਿਰ ਛੱਡਿਆ ਝਾੜ ਕੇ, ਉਹੀ ਗੱਲ ਆ। ਸੋ ਜਦੋਂ ਸਿੰਘਾਂ ਨੇ ਹੱਥ ਪਾ ਲਿਆ ਫਿਰ ਕਿਸੇ ਕੰਮ ਨੂੰ, ਤਾਂ ਫਿਰ ਲਓ ਸਿਰੇ 'ਤੇ ਚੜ੍ਹਨਾ ਹੀ ਚੜ੍ਹਨਾ, ਮਤਲਬ ਬਿਲਕੁਲ ਸਹੀ ਹੋਣਾ ਨਹੀਂ ਹੋਣਾ ਫਿਰ, ਇਹ ਤਾਂ ਹੈ ਹੀ ਆ। ਬਾਕੀ ਇਹਨੂੰ ਪਲਸਤਰ ਵੀ ਹੁਣ ਮੈਂ ਆਪੇ ਕਰ ਦੇਣਾ, ਇੰਨਾ ਕੰਮ ਤਾਂ ਹੁਣ ਕਰਾਂਗੇ ਜੀ ਅਜੇ ਫਿਲਹਾਲ। ਇਹਨੂੰ ਅੱਜ ਦੀ ਦਿਹਾੜੀ ਸੁੱਕਣ ਦੀ ਹੈ, ਕੱਲ੍ਹ ਜਾਂ ਪਰਸੋਂ ਤੱਕ ਅਸੀਂ ਪਲਸਤਰ ਵੀ ਕਰ ਦੇਣਾ, ਐਂ ਵਧੀਆ ਕਰ ਦੇਣਾ ਇਹਨੂੰ। ਅਤੇ ਫਿਰ ਸੋਚਦੇ ਹਾਂ ਵਿੱਚ ਮਿੱਟੀ ਪਾਉਣੀ ਆ ਕਿ ਕੀ ਕਰਨਾ ਵਾ, ਉਹ ਹਜੇ ਬਾਅਦ 'ਚ ਡਿਸਾਈਡ ਕਰਾਂਗੇ ਫਿਲਹਾਲ ਤਾਂ ਅਜੇ। ਹੈਂ ਹਾਂ, ਨਹੀਂ ਤਾਂ ਫਿਰ ਜੇ ਉਹ ਜੇ ਗਮਲੇ ਲਾਉਣੇ ਆ ਤਾਂ ਫਿਰ ਜੇ ਉਹੀ ਉੱਪਰ, ਉਹੀ ਮੈਂ ਕਹਿੰਦਾ ਜਾਂ ਭਰਨਾ ਪੈਣਾ ਵਿੱਚ ਫਿਰ। ਚਲੋ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਆਪਾਂ ਮਤਲਬ ਗਮਲੇ ਲਿਆ ਕੇ ਰੱਖੀਏ ਇਹਨੂੰ, ਮਤਲਬ ਇੱਦਾਂ ਓਕੇ ਕਰ ਦਈਏ ਵਿੱਚ ਸਾਰਾ ਕੁਛ ਮਲਬਾ ਮੁਲਬਾ ਸੁੱਟ ਕੇ ਅਤੇ ਪੂਰਾ ਪਲੇਨ ਕਰ ਦਈਏ ਉੱਤੋਂ ਦੀ, ਜਾਂ ਵਿੱਚ ਮਿੱਟੀ ਪਾ ਕੇ ਫਿਰ ਬੂਟੇ ਲਾਈਏ। ਕਮੈਂਟਾਂ ਵਿੱਚ ਆਪਣੀ ਸਲਾਹ ਦਿਓ ਸਾਨੂੰ ਵੀ ਕੀ ਕਰੀਏ ਆਪਾਂ। ਬਾਹਰ ਬੈਕਰੀ 'ਤੇ ਆਏ ਹਾਂ ਅਤੇ ਗੁਰਬਾਜ ਕਹਿੰਦਾ ਪੀਜ਼ਾ ਖਾਣਾ। ਹਾਂ ਗੁਰਬਾਜ ਸਿੰਘ, ਪੀਜ਼ਾ ਖਾਣਾ ਪੀਜ਼ਾ ਹੈ ਹਣਾ ਪੀਜ਼ਾ ਆ ਵਾ ਆਹ ਪੀਜ਼ਾ ਆਈ ਹਣਾ ਕੀ ਉਹ ਵੀ ਲੈਣਾ ਪੀਜ਼ਾ ਨਹੀਂ ਖਾਣਾ। ਅੱਛਾ ਉਹ ਲੈ ਉਹ ਯਾਰ ਧਿਆਨ ਹੋ ਗਿਆ, ਪੀਜ਼ਾ ਨਹੀਂ ਖਾਣਾ ਪੀਜ਼ਾ ਹੈ ਖਾਣਾ। ਸਿਸਟਮ ਵਧੀਆ ਸਾਹਮਣੇ ਮਾਈਕਰੋ ਦੇ ਵਿੱਚ ਗਰਮ ਕਰਕੇ ਭਾਜੀ ਹੁਣੀ ਕਹਿੰਦੇ ਨਾਲ ਹੀ ਦਿੰਦੇ ਹਾਂ, ਵਧੀਆ ਸਿਸਟਮ ਹੈ। ਹਾਂਜੀ ਹੋਰ ਕੁਝ ਬਸ ਲਓ ਜੀ ਪੀਜ਼ਾ ਗਰਮ ਹੋ ਗਿਆ ਲੈ ਲਿਆ, ਲਓ ਜੀ ਪੀਜ਼ਾ ਗਰਮ ਹੋ ਕੇ ਆ ਗਿਆ ਅਤੇ ਲੈ ਲਿਆ, ਅਤੇ ਹੱਥ ਚੱਲਦੇ ਹੁਣ ਘਰ। ਕੀ ਲੈਣਾ ਭਾਈ ਨੇ ਕੀ ਕੀਤਾ ਪਹੁੰਚ ਕੇ ਘਰ, ਗੁਰਬਾਜ ਸਾਹਿਬ ਖਾਣਗੇ ਪੀਜ਼ਾ ਹੈ ਨਾ ਗੁਰਬਾਜ ਸਾਹਿਬ, ਗੁਰਬਾਜ ਸਾਹਿਬ ਪੀਜ਼ਾ ਖਾਣ ਕੇ ਜੰਮੀ ਆ। ਵਾਹ ਉਂਗਲਾ ਕਰਕੇ ਦੱਸਦਾ ਅੱਜ ਕੱਲ੍ਹ, ਕਿੱਦਾਂ ਕਿੱਦਾਂ ਵਾ ਉਂਗਲ ਕਰਿਓ ਹਾਂ ਯਾਰਾ, ਕਿੱਦਾਂ ਕੀਤਾ ਸੀ ਦੱਸੋ ਯਾਰਾ, ਦੱਸਿਓ ਯਾਰਾ ਕਿੱਦਾਂ ਉਂਗਲ 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 ਕਰਕੇ ਦੱਸੋ ਨਾ ਕਿੱਦਾਂ ਵਾ, ਜੰਮੀ ਹੈ ਜੰਮੀ ਹੈ। ਵਾਹ ਗੁਰਬਾਜ ਨੂੰ ਵਧੀਆ ਲੱਗਾ। ਹਾਂਜੀ ਜੀ ਨਾਲ ਮੇਰੇ ਕੁਝ ਖਾਸ ਭੈਣ ਪ੍ਰਮੁੱਖ ਵਾਸਤੇ ਕਿ ਸਾਡਾ ਵੀ ਨਾਲ ਲਵ ਲਓ ਦੇ ਵੇ, ਅਤੇ ਇੱਕ ਮੇਰੀ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਰਣਜੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਅਸ਼ਲੀਨ ਕੌਰ ਜੀ ਸਪੇਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਅਮਨਦੀਪ ਕੌਰ ਜੀ ਗੰਡਿਆਲਾ ਗੁਰੂ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਸੁਰਿੰਦਰ ਕੌਰ ਜੀ ਬੰਗੇ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਸੀਮਾ ਸ਼ਰਮਾ ਜੀ ਅੰਮ੍ਰਿਤਸਰ ਤੋਂ, ਅਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਸੇਵਕ ਸਿੰਘ ਜੀ ਕਪੂਰਥਲੇ ਤੋਂ। ਹਾਂਜੀ ਜੀ ਫਿਰ ਕਿੱਦਾਂ ਲੱਗਾ ਅੱਜ ਦਾ ਵਲੌਗ, ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ, ਅਤੇ ਨਾਲ ਦੇ ਨਾਲ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ। ਮਿਲਦੇ ਹਾਂ ਸੁਣ ਜੇ ਫੈਮਲੀ ਵਲੌਗ ਦੇ ਨਾਲ, ਬਾਏ ਬਾਏ।